ਤੁਸੀਂ ਦੱਸੋਗੇ ਕਿਵੇਂ ਮਨਾਉਣਾ ਆ 550 ਸਾਲਾ ਤੁਸੀਂ ਮਨਾਉਣਾ ਆ ਨਵੰਬਰ 'ਚ, ਤੁਸੀਂ ਦੱਸੋਗੇ ਕਿਵੇਂ ਮਨਾਓਗੇ? ਚੂਨਾ ਚਾਨਾ ਹੀ ਪਾੜ ਕੇ ਚਲੇ ਜਾਓਗੇ ਰੋਟੀਆਂ ਰਾਟੀਆਂ ਖਾ ਕੇ, ਜਾਂ ਇਸ ਕੌਮ ਨੂੰ ਕੋਈ ਸੇਧ ਦੇਣ ਵਾਲਾ ਵੀ ਤੁਹਾਡੇ 'ਚੋਂ ਹੈ? ਕੋਈ ਦੱਸੋਗੇ? ਆ ਤੁਹਾਡੀ ਨੌਜਵਾਨ ਪੀੜ੍ਹੀ ਦਾ ਹਾਲ ਦੱਸਣ ਲੱਗਾ ਇੱਕ ਮਿੰਟ। ਤੁਹਾਡੀ ਪਹਿਲੀ ਪੀੜ੍ਹੀ, ਇੱਕ ਪੀੜ੍ਹੀ ਤੁਹਾਡੀ ਅੱਤਵਾਦ ਨੇ ਖਾ ਲਈ, ਦੂਜੀ ਪੀੜ੍ਹੀ ਤੁਹਾਡੀ ਨਸ਼ਿਆਂ ਨੇ ਖਾ ਲਈ, ਤੀਜੀ ਪੀੜ੍ਹੀ ਤੁਹਾਡੀ ਦੌੜ ਗਈ ਨਾਲ ਤੁਹਾਡੇ ਪੈਸੇ ਲੈ ਗਈ। ਆਖੋ ਸਤਨਾਮ ਵਾਹਿਗੁਰੂ। ਤੁਸੀਂ ਦੱਸੋਗੇ ਕੋਈ ਬਚਿਆ ਹੈ ਜਿਸ ਨੂੰ 550 ਸਾਲਾਂ 'ਚ ਕੁਝ ਕਹੋਗੇ ਕਰਨ ਨੂੰ, ਉਹ ਕਿੱਥੇ ਗਏ? ਉਹ ਤੇ ਤੁਹਾਡੇ ਕੋਲ ਹੀ ਕੋਈ ਨਹੀਂ ਰਿਹਾ, ਤੇ ਇਹਨਾਂ ਨੇ ਆਉਣਾ ਨਹੀਂ ਮੁੜ ਕੇ। ਤੁਹਾਨੂੰ ਵੇਚ ਕੇ, ਤੁਹਾਡੀ ਜ਼ਮੀਨ ਵੇਚ ਕੇ, ਤੁਹਾਡਾ ਸਭ ਕੁਝ ਵੇਚ ਕੇ ਲੈ ਜਾਣਾ ਤੇ ਮੁੜਨਾ ਨਹੀਂ। ਤੁਹਾਡਾ ਨਾਮੋ ਨਿਸ਼ਾਨ ਮਿਟਾਉਣ ਨੂੰ ਫਿਰਦੇ ਨੇ। ਆਵਾਜ਼ ਆ ਜਾਓ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। ਕਈਆਂ ਨੂੰ ਇਹ ਚੰਗਾ ਨਹੀਂ ਲੱਗਣਾ, ਪਰ ਇਹ ਕੌੜਾ ਸੱਚ ਆ। ਆਖੋ ਸਤਨਾਮ ਵਾਹਿਗੁਰੂ। ਖਿਆਲ ਰੱਖਣਾ, ਮੈਂ ਦੇਖਦਾ ਪਿੰਡਾਂ 'ਚ ਜਾਣਾ, ਜਦ ਇੱਕ ਬੁੱਢਾ ਬੁੱਢੀ ਬੈਠੇ ਨੇ, ਤਰਸਦੇ ਨੇ, ਪਾਣੀ ਕੌਣ ਹੈ ਦੇਣ ਵਾਲਾ, ਰੋਟੀ ਕੌਣ ਦਏਗਾ, ਪਤਾ ਨਹੀਂ ਸਾਡਾ ਸੰਸਕਾਰ ਕਿਸੇ ਨੇ ਕਰਨਾ ਵੀ ਕਿ ਨਹੀਂ, ਕੀ ਪਤਾ ਸਾਡਾ ਬਹੁਤਿਆਂ ਦਾ ਸੰਸਕਾਰ ਭਈਆਂ ਨਹੀਂ ਕਰਨਾ ਹੋਵੇ। ਆਖੋ ਸਤਨਾਮ ਵਾਹਿਗੁਰੂ। ਸਮਝ ਆਉਂਦੀ ਕੋਈ ਗੱਲ ਜਿਹੜੀ ਮੈਂ ਬੇਨਤੀ ਕਰਦਾ? ਇੰਨੇ ਤੱਕ ਹੀ ਰਹਿ ਚੱਲੇ ਹੋ, ਦਾਲਾ ਜੀ ਦਾਲਾ ਜੀ, ਫੁਲਕਾ ਜੀ ਫੁਲਕਾ ਜੀ, ਉਸ ਤੋਂ ਬਾਅਦ ਗੱਲ ਕੋਈ ਨਹੀਂ ਆਉਂਦੀ। ਤੁਹਾਡੀ ਕੌਮ ਅਨਪੜ੍ਹ ਰਹਿ ਗਈ, ਤੁਹਾਡੀ ਕੌਮ ਜਿਹੜੀ ਆ ਅਨਪੜ੍ਹ ਰਹਿ ਗਈ। ਆਖਰੀ ਡਿਗਰੀ ਤੁਹਾਡੇ ਨਿਆਣਿਆਂ ਦੀ ਆਈਲੈਟ ਹੋ ਗਈ ਹੈ, ਪਤਾ ਨਹੀਂ ਕਿਹੜਾ ਭੂਤ ਆ। ਔਰ ਖਿਆਲ ਰੱਖਣਾ, ਪਰਸੋਂ ਚੌਥ ਮੈਨੂੰ ਕੋਈ ਕਹਿ ਰਿਹਾ ਸੀ ਇੱਥੇ ਦੇ ਜਿਹੜੇ ਮੁੰਡੇ ਅਤੇ ਲੜਕੀਆਂ ਨੇ ਉਹ ਕੁਆਰੇ ਰਹਿ ਜਾਣੇ ਨੇ, ਆਹ ਸੁਣਨਾ ਜ਼ਰਾ। ਅਤੇ ਮੈਂ ਉਹਨੂੰ ਸਵਾਲ ਪੁੱਛਿਆ, ਮੇਰੇ ਅੰਦਰ ਵੀ ਸਵਾਲ ਹੋ ਗਿਆ ਕਿ ਤੁਸੀਂ ਇਹ ਕਿਉਂ ਕਹਿੰਦੇ ਹੋ ਅਤੇ ਲੜਕੀਆਂ ਵੀ ਕੁਆਰੀਆਂ ਇੱਥੇ ਦੀਆਂ ਰਹਿ ਜਾਣੀਆਂ ਅਤੇ ਲੜਕੇ ਵੀ ਕੁਆਰੇ ਰਹਿ ਜਾਣੇ ਨੇ? ਕਹਿੰਦੇ ਹਾਂ ਮੈਂ ਠੀਕ ਕਹਿੰਦਾ। ਆਹ ਕੀ ਹੋਇਆ? ਕਹਿੰਦੇ ਹਰ ਲੜਕੀ ਕਹਿੰਦੀ ਮੈਨੂੰ ਬਾਹਰ ਵਿਆਹ ਦਿਓ, ਹਰ ਲੜਕਾ ਕਹਿੰਦਾ ਮੈਂ ਬਾਹਰਲੀ ਲੜਕੀ ਨਾਲ ਵਿਆਹ ਕਰਾਉਣਾ, ਜਿਹੜੇ ਬਾਕੀ ਬਚਣਗੇ ਉਹਨਾਂ ਦਾ ਵਿਆਹ ਹੀ ਕਿੱਥੇ ਹੋਣਾ? ਆਖੋ ਸਤਨਾਮ ਵਾਹਿਗੁਰੂ। ਖਿਆਲ ਰੱਖਣਾ, ਜਿਸ ਖੂਹ 'ਚ ਡਿੱਗਣ ਲੱਗੇ ਹੋ ਨਾ, ਉਸ ਤੋਂ ਕੱਢਣਾ ਨਹੀਂ ਕਿਸੇ ਨੇ। ਆਖੋ ਸਤਨਾਮ ਵਾਹਿਗੁਰੂ।